ਜਦੋਂ ਕੋਈ ਪੁੱਛਦਾ ਸੀ ਕਿ ਤੁਸੀਂ ਕਿਹੜੇ ਪਿੰਡ ਤੋਂ, ਜਦੋਂ ਪਿੰਡ ਦਾ ਨਾਮ ਦੱਸੀਦਾ ਸੀ ਤਾਂ ਉਦੋਂ ਪਹਿਲੀਆਂ 'ਚ ਉਹਨਾਂ ਦਾ ਮੂੰਹ 'ਤੇ ਨਾਮ ਆਉਂਦਾ ਸੀ ਕਿ ਅੱਛਾ ਉਹ ਪਿੰਡ ਜਿੱਥੇ ਲੇਕ ਵਗੈਰਾ ਬਹੁਤ ਸੋਹਣਾ। ਉਦੋਂ ਇਹ ਗੱਲ ਸੁਣ ਕੇ ਬੜਾ ਮਾਣ ਮਹਿਸੂਸ ਹੁੰਦਾ ਸੀ ਕਿ ਇਹ ਮੇਰੇ ਪਿੰਡ ਦਾ ਨਾਮ ਆ। ਸੋ ਇਹ ਦੀਪਿੰਦਰ ਆ, ਕੈਨੇਡਾ ਤੋਂ ਆਇਆ ਵਾਪਸ ਪੁੰਡਾ, ਕਹਿੰਦਾ ਇਲੈਕਸ਼ਨ ਲੜਨਾ ਸਰਪੰਚੀ ਦਾ। ਪਿਤਾ ਤੇ ਦਾਦਾ ਪਹਿਲਾਂ ਇਸ ਪਿੰਡ ਦੀ ਸੇਵਾ ਕਰਦੇ ਰਹੇ ਨੇ। ਇੱਥੇ ਮੈਂ ਗ੍ਰੈਜੂਏਸ਼ਨ ਕਰ ਲਈ, ਫਿਰ ਸੋਚਿਆ ਵੀ ਆਪਾਂ ਸਾਰੇ ਜਾ ਰਹੇ ਆ, ਦੇਖੀਏ ਬਾਹਰ ਕੀ ਹੋ ਰਿਹਾ। ਸੋਚਿਆ ਕਿ ਵਾਪਸ ਕਿਉਂ ਆਏ, ਕਿ ਉੱਥੇ ਵਰਕ ਤੇ ਸੀ, ਉੱਥੇ ਕੰਮ ਕਰ ਰਹੇ ਸੀਗੇ, ਨੌਜਵਾਨ ਤਾਂ ਆਉਂਦੇ ਨਹੀਂ, ਵਾਪਸ ਕਿਵੇਂ ਆਏ ਵਾਪਸ। ਜਦੋਂ ਪਿੰਡ ਆਇਆ ਇਹ ਗੱਲ ਲੈ ਕੇ ਕਿ ਮੈਂ ਸਰਪੰਚੀ ਲੜੂੰਗਾ, ਹੈ ਨਾ, ਫਾਦਰ ਸਾਹਿਬ ਪਹਿਲਾਂ ਸਰਪੰਚ ਰਹੇ, ਲੇਖ ਬਣੀ, ਸਾਰਾ ਕੁਛ ਹੋਇਆ, ਹੈ ਨਾ, ਉਹ ਪਿੰਡ ਦਾ ਨਾਮ ਸੋਹਣੇ ਪਿੰਡਾਂ 'ਚ ਆਇਆ, ਜਦੋਂ ਘਰ ਆ ਕੇ ਦੱਸਿਆ, ਪੇਰੈਂਟਸ ਦਾ ਰਿਐਕਸ਼ਨ ਪਹਿਲਾਂ ਕੀ ਸੀ, ਵੀ ਕੀ ਗੱਲ ਕੀਤੀ ਸੀ ਇੱਥੇ ਆਉਣ ਤੋਂ ਪਹਿਲਾਂ, ਕੀ ਸੋਚਦੇ ਸੀਗੇ? ਪਿੰਡ ਵਾਲਿਆਂ ਦੇ ਮਨ 'ਚ ਵੀ ਇਹ ਸ਼ੰਕਾ ਹੋਊ ਕਿ ਦੀਪਿੰਦਰ ਜਿੱਤ ਵੀ ਜਾਵੇ ਅਤੇ ਵਾਪਸ ਫਿਰ ਕੈਨੇਡਾ ਚਲਾ ਜਾਵੇ, ਜਾਂ ਕੁਛ ਤਾਂ ਨਹੀਂ ਹੋਣਾ? ਨਹੀਂ ਨਹੀਂ, ਫਿਰ ਜਦੋਂ ਇੱਕ ਵਾਰ ਮੈਨੂੰ ਇੰਨੀ ਵੱਡੀ ਓਪਰਚੁਨਿਟੀ ਪਿੰਡ ਨੇ ਦੇਤੀ ਤਾਂ ਫਿਰ ਮੈਂ ਕਿਸ ਚੀਜ਼ ਲਈ ਵਾਪਸ ਜਾਊਂਗਾ? ਫਿਰ ਮੈਂ ਆਪਣੇ ਪਿੰਡ ਨੂੰ ਸਰਵ ਕਰੂੰਗਾ, ਜੋ ਕਿ ਇੰਨੀ ਅਨਇੰਪਲੋਇਮੈਂਟ ਵੱਧ ਰਹੀ ਹੈ ਆਪਣੇ ਨੇੜੇ, ਲੋਕ ਅਨਇੰਪਲੋਇਡ ਕਰਕੇ ਹੀ ਇੱਧਰ ਉੱਧਰ ਜੋ ਲੁੱਟਾਂ ਖੋਹਾਂ ਜੋ ਵੀ ਵੱਧ ਰਿਹਾ, ਨਸ਼ਾ ਕੁਛ ਵੀ ਕਹਿ ਲਓ ਤੁਸੀਂ, ਉਹ ਸਿਰਫ ਇੱਕ ਵਿਹਲੇ ਰਹਿਣ ਦਾ ਕਾਰਨ ਹੈ। ਪੰਜਾਬ ਦੇ ਸੋਹਣੇ ਪਿੰਡਾਂ ਦੀ ਗੱਲ ਕਰੀਏ ਤਾਂ ਉਹਨਾਂ 'ਚੋਂ ਇੱਕ ਨਾਮ ਸੱਕਾਂ ਵਾਲੀ ਪਿੰਡ ਦਾ ਆਉਂਦਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਇਹ ਪਿੰਡ ਹੈ। ਇਸ ਪਿੰਡ ਦੇ ਵਿੱਚ ਵੀ ਜਦੋਂ ਹੁਣ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਦੌਰ ਚੱਲ ਰਿਹਾ ਤਾਂ ਚੋਣ ਜਿਹੜੀ ਹੈ ਉਹ ਹੋ ਰਹੀ ਹੈ, ਸਰਪੰਚੀ ਦੀ ਚੋਣ ਪਿੰਡ ਸੱਕਾਂ ਵਾਲੀ ਵਿਖੇ ਵੀ ਹੈ, ਤਾਂ ਸੱਕਾਂ ਵਾਲੀ ਪਿੰਡ ਦੇ ਵਿੱਚ ਸਰਪੰਚੀ ਲਈ ਇਸ ਵਾਰ ਜੋ ਉਮੀਦਵਾਰ ਹੈ ਉਹ ਇੱਕ ਕਹਿ ਦਈਏ ਅਜਿਹਾ ਨੌਜਵਾਨ ਆ ਜੋ ਕੈਨੇਡਾ ਤੋਂ ਵਾਪਸ ਆਇਆ। ਦੀਪਿੰਦਰ ਸਾਡੇ ਨਾਲ ਹੈ, ਜੋ ਇਸ ਵਾਰ ਪਿੰਡ ਸੱਕਾਂ ਵਾਲੀ, ਜੋ ਪੰਜਾਬ ਦਾ ਸੋਹਣਾ ਪਿੰਡ ਹੈ, ਉੱਥੋਂ ਚੋਣ ਲੜ ਰਿਹਾ। ਦੀਪਿੰਦਰ ਸਵਾਗਤ ਹੈ ਪਹਿਲਾਂ ਤਾਂ ਨਿਊਜ਼ 18 'ਤੇ। ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਇੱਥੇ ਆਉਣ ਦਾ ਬਹੁਤ ਬਹੁਤ ਸਵਾਗਤ ਕਰਦਾ। ਦੀਪਿੰਦਰ ਜਾਣਾ ਕਿਵੇਂ ਹੋਇਆ, ਕੈਨੇਡਾ ਗਏ ਕਿਵੇਂ, ਉੱਥੇ ਕਿਸ ਤਰ੍ਹਾਂ ਰਹੇ, ਕਿਵੇਂ ਗਏ ਕਿਵੇਂ ਪਹਿਲਾਂ? ਹਾਂਜੀ, ਮੈਂ ਆਪਦੀ ਸਾਰੀ ਸਟੱਡੀ ਵਗੈਰਾ ਇੱਥੋਂ ਕੰਪਲੀਟ ਕੀਤੀ ਇੰਡੀਆ ਤੋਂ। ਪਹਿਲਾਂ ਮੈਂ 5th ਤੋਂ ਲੈ ਕੇ 10th ਤੱਕ PPS ਨਾਭਾ ਤੋਂ ਆਪਣੀ ਸਟੱਡੀ ਕੀਤੀ, ਫਿਰ +1 +2 ਮੇਰੀ ਸਨਾਰ ਹੋਈ, ਫਿਰ ਮੈਂ ਆਪਣੀ BA ਗ੍ਰੈਜੂਏਸ਼ਨ SD ਕਾਲਜ ਚੰਡੀਗੜ੍ਹ ਤੋਂ ਕੀਤੀ। ਉਸ ਤੋਂ ਬਾਅਦ ਮੈਂ 2-3 ਸਾਲ ਵਿਹਲਾ ਰਿਹਾ, ਫਿਰ ਸੋਚਿਆ ਵੀ ਕੋਈ ਜ਼ਿੰਦਗੀ ਚੇਂਜ ਲਈ ਜਾਵੇ। ਉਸ ਤੋਂ ਪਹਿਲਾਂ ਮੈਂ 2019 ਦੇ ਵਿੱਚ ਵਿਜ਼ਿਟਰ ਗਿਆ ਸੀ ਕੈਨੇਡਾ, ਕਿਉਂਕਿ ਮੇਰੇ ਚਾਚਾ ਜੀ ਉੱਥੇ ਰਹਿੰਦੇ ਰੀਅਲ, ਤਾਂ ਮੈਂ ਵਿਜ਼ਿਟ ਕਰਕੇ ਵਾਪਸ ਆ ਗਿਆ ਸੀ। ਫਿਰ ਜਦੋਂ ਇੱਥੇ ਮੈਂ ਗ੍ਰੈਜੂਏਸ਼ਨ ਕਰ ਲਈ, ਫਿਰ ਸੋਚਿਆ ਵੀ ਆਪਾਂ ਸਾਰੇ ਜਾ ਰਹੇ ਹਾਂ, ਦੇਖੀਏ ਬਾਹਰ ਕੀ ਹੋ ਰਿਹਾ। ਫਿਰ ਮੈਂ 2021 ਦੇ ਵਿੱਚ ਅਕਤੂਬਰ ਵਿੱਚ ਬਾਹਰ ਚਲਾ ਗਿਆ ਅਤੇ ਉਹਨਾਂ ਨਾਲ ਜਾ ਕੇ ਕੰਮ ਦਾ ਸਾਥ ਕਰਾਉਣ ਲੱਗਿਆ। ਫਿਰ ਜਦੋਂ ਆਪਣਾ ਉੱਥੇ ਜਾ ਕੇ ਕੰਮ ਵਗੈਰਾ ਕਰਾਉਂਦਾ ਸੀ ਅਤੇ ਬਾਹਰ ਅੰਦਰ ਘੁੰਮਦੇ ਸੀ, ਅਤੇ ਜਦੋਂ ਕੋਈ ਪੁੱਛਦਾ ਸੀ ਕਿ ਤੁਸੀਂ ਕਿਹੜੇ ਪਿੰਡ ਤੋਂ, ਜਦੋਂ ਪਿੰਡ ਦਾ ਨਾਮ ਦੱਸੀਦਾ ਸੀ ਤਾਂ ਉਦੋਂ ਪਹਿਲੀਆਂ 'ਚ ਉਹਨਾਂ ਦਾ ਮੂੰਹ 'ਤੇ ਨਾਮ ਆਉਂਦਾ ਸੀ ਕਿ ਅੱਛਾ ਉਹ ਪਿੰਡ ਜਿੱਥੇ ਲੇਕ ਵਗੈਰਾ ਬਹੁਤ ਸੋਹਣਾ। ਉਦੋਂ ਇਹ ਗੱਲ ਸੁਣ ਕੇ ਬੜਾ ਮਾਣ ਮਹਿਸੂਸ ਹੁੰਦਾ ਸੀ ਕਿ ਇਹ ਮੇਰੇ ਪਿੰਡ ਦਾ ਨਾਮ ਆ। ਬਸ ਇਸੇ ਗੱਲ ਦੇ ਪ੍ਰਾਊਡ ਹੁੰਦੇ ਮੈਂ ਅੱਜ ਫਿਰ ਇੱਥੇ ਵਾਪਸ ਆਇਆ। ਕਿ ਕੀ ਸੋਚਿਆ ਕਿ ਹੁਣ ਵਾਪਸ ਆਉਣ ਲੱਗਾ, ਜਦੋਂ ਸਰਪੰਚੀ ਚੋਣਾਂ ਦੀ ਗੱਲ ਸੁਣੀ ਦੀਪਿੰਦਰ ਨੇ, ਸੋਚਿਆ ਕਿ ਵਾਪਸ ਕਿਉਂ ਆਏ, ਕਿ ਉੱਥੇ ਵਰਕ 'ਤੇ ਸੀ, ਉੱਥੇ ਕੰਮ ਕਰ ਰਹੇ ਸੀਗੇ, ਨੌਜਵਾਨ ਤਾਂ ਆਉਂਦੇ ਨਹੀਂ, ਵਾਪਸ ਕਿਵੇਂ ਆਏ ਵਾਪਸ ਫਿਰ? ਕਿਉਂਕਿ ਸਾਰਾ ਕੁਛ ਕੰਮ ਨਹੀਂ ਹੁੰਦਾ, ਮਾਂ ਪਿਓ ਨੇ ਬਹੁਤ ਮਿਹਨਤ ਲਾਈ ਪੜ੍ਹਾਉਣ ਲਈ, ਲਿਖਾਉਣ ਲਈ, ਬਹੁਤ ਕੁਛ ਕਰਨ ਲਈ। ਬਾਹਰ ਅੰਦਰ ਚਲੋ ਜਾਣਾ ਚਾਹੀਦਾ, ਬੰਦੇ ਨੂੰ ਸਾਰਾ ਆਸੇ ਪਾਸੇ ਦਾ ਪਤਾ ਲੱਗਦਾ, ਉੱਥੋਂ ਹੀ ਫਿਰ ਸਾਰਾ ਕੁਛ ਸਿੱਖਦਾ, ਅਤੇ
ਜਦੋਂ ਮੈਂ ਇੱਥੇ ਆਉਣ ਦੀ ਸੋਚਿਆ, ਕਿਉਂਕਿ ਮੇਰੇ ਪਹਿਲਾਂ ਦਾਦਾ ਜੀ ਨੇ ਬਹੁਤ ਸੇਵਾ ਕੀਤੀ, ਫਿਰ ਮੇਰੇ ਡੈਡੀ ਜੀ ਨੇ ਬਹੁਤ ਸੇਵਾ ਕੀਤੀ, ਜੋ ਕਿ ਹੱਡ ਤੋੜ ਮਿਹਨਤ ਕਰਕੇ ਇੰਨਾ ਕੁਛ ਬਣਾਇਆ ਆਪਾਂ ਨੂੰ, ਅੱਖਾਂ ਨਾਲ ਦੇਖਣ ਨੂੰ ਕਿੰਨਾ ਕੁਛ ਮਿਲਦਾ। ਅਤੇ ਫਿਰ ਐਟ ਦ ਐਂਡ ਮੇਰੇ ਮਨ 'ਚ ਆਇਆ ਕਿ ਮੈਨੂੰ ਵੀ ਜਾਣਾ ਚਾਹੀਦਾ ਹੈ, ਕਿ ਐਟਲੀਸਟ ਮੈਂ ਵੀ ਆਪਦੇ ਪਿੰਡ ਲਈ ਕੁਛ ਨਾ ਕੁਛ ਕਰ ਸਕਾਂ, ਕਿਉਂਕਿ ਐਟਲੀਸਟ ਇੱਥੇ ਜੰਮੇ ਪਲੇ ਹਾਂ, ਇੱਥੇ ਵੱਡੇ ਹੋਏ ਹਾਂ, ਤਾਂ ਪਿਆਰ ਤਾਂ ਆਉਂਦਾ ਹੀ ਆ। ਦੀਪਿੰਦਰ, ਜਦੋਂ ਪਿੰਡ ਆਇਆ ਇਹ ਗੱਲ ਲੈ ਕੇ ਕਿ ਮੈਂ ਸਰਪੰਚ ਹੀ ਲੜੂੰਗਾ, ਹੈ ਨਾ, ਫਾਦਰ ਸਾਹਿਬ ਪਹਿਲਾਂ ਸਰਪੰਚ ਰਹੇ, ਉਲੇਖ ਬਣੀ, ਸਾਰਾ ਕੁਛ ਹੋਇਆ, ਹੈ ਨਾ, ਉਹ ਪਿੰਡ ਦਾ ਨਾਮ ਸੋਹਣੇ ਪਿੰਡਾਂ 'ਚ ਆਇਆ, ਜਦੋਂ ਘਰ ਆ ਕੇ ਦੱਸਿਆ, ਪੇਰੈਂਟਸ ਦਾ ਰਿਐਕਸ਼ਨ ਪਹਿਲਾਂ ਕੀ ਸੀ, ਵੀ ਕੀ ਗੱਲ ਕੀਤੀ ਸੀ ਇੱਥੇ ਆਉਣ ਤੋਂ ਪਹਿਲਾਂ, ਕੀ ਸੋਚਦੇ ਸੀਗੇ? ਹਾਂਜੀ, ਗੱਲ ਕੀਤੀ ਸੀ, ਪਰ ਪਾਪਾ ਬਹੁਤ ਖੁਸ਼ ਸੀ, ਉਹਨਾਂ ਨੂੰ ਤਾਂ ਹੁੰਦਾ ਹੀ ਆ ਕਿ ਪਿੰਡ ਲਈ ਕੁਛ ਕੀਤਾ ਜਾਵੇ, ਤਾਂ ਹਮੇਸ਼ਾ ਉਹਨਾਂ ਨੂੰ ਇਹ ਗੱਲ ਦੀ ਬਹੁਤ ਖੁਸ਼ੀ ਮਿਲਦੀ ਆ, ਕਿਉਂਕਿ ਉਹ ਤਾਂ ਕਦੇ ਵੀ ਬਾਹਰ ਜਾਣਾ ਹੀ ਨਹੀਂ ਚਾਹੁੰਦੇ। ਜੇ ਉਹਨਾਂ ਨੂੰ ਕਦੇ ਕਹਿੰਦੇ ਸੀ ਕਿ ਆ ਜਾਓ ਬਾਹਰ ਤੁਸੀਂ, ਚਾਹੇ ਘੁੰਮਣ ਹੀ ਆ ਜਾਓ, ਕਹਿੰਦੇ ਮੈਂ ਆਪਦੇ ਸਾਥੀਆਂ ਦੇ ਵਿੱਚ ਬਹੁਤ ਖੁਸ਼ ਹਾਂ, ਮੈਂ ਇਹਨਾਂ ਦੇ ਨਾਲ ਹੀ ਰਹਿਣਾ ਚਾਹੂੰਗਾ। ਅੱਛਾ, ਪਾਪਾ ਔਰ ਫਾਦਰ ਮਦਰ ਨੇ ਸਾਥ ਦਿੱਤਾ, ਉਹ ਕਹਿੰਦੇ ਆ ਜਾ। ਹੁਣ ਕਾਗਜ਼ ਭਰਤੇ ਸਰਪੰਚੀ ਦੇ, ਪਿੰਡ ਵਾਲਿਆਂ ਦਾ ਕਿਹੋ ਜਿਹਾ ਸਾਥ ਹੈਗਾ? ਹੁਣ ਤੀਕਰ ਪਿੰਡ ਵਾਲਿਆਂ ਦਾ ਬਹੁਤ ਵਧੀਆ ਸਾਥ ਆ, ਜਿਹੜੇ ਨਹੀਂ ਵੀ ਸਾਥ ਦੇ ਰਹੇ ਉਹਨਾਂ ਦਾ ਵੀ ਧੰਨਵਾਦ, ਜਿਹੜੇ ਦੇ ਰਹੇ ਆ ਮੇਰੇ ਵੀਰ ਭਾਈ, ਉਹ ਡਟ ਕੇ ਨਾਲ ਖੜੇ ਆ। ਅਸੀਂ ਹੱਡ ਤੋੜ ਮਿਹਨਤ ਕਰਕੇ ਇਲੈਕਸ਼ਨ ਲਈ ਕੰਪੇਨਿੰਗ ਕਰਾਂਗੇ, ਜੋ ਰੱਬ ਨੂੰ ਮਨਜ਼ੂਰ ਹੋਇਆ ਉਹਦੇ ਉਹਨਾਂ ਦੀ ਦੇਣ ਸਿਰ ਮੱਥੇ। ਇੱਕ ਗੱਲ ਹੋਰ ਦੀਪਿੰਦਰ, ਲੜਨਾ ਹੈਗਾ, ਹੈ ਨਾ, ਸਰਪੰਚੀ ਲੜ ਰਹੇ ਹੋ, ਇਹ ਸਾਰਾ ਕੁਛ ਹੋ ਰਿਹਾ ਹੈਗਾ, ਇਨ ਬਿਟਵੀਨ ਕਿਤੇ ਉਹ ਪਿੰਡ ਵਾਲਿਆਂ ਦੇ ਮਨ 'ਚ ਵੀ ਇਹ ਸ਼ੰਕਾ ਹੋਊ ਕਿਤੇ ਦੀਪਿੰਦਰ ਜਿੱਤ ਵੀ ਜਾਵੇ ਤੇ ਵਾਪਸ ਫਿਰ ਕੈਨੇਡਾ ਚਲਾ ਜਾਵੇ, ਉਹ ਜਾਂ ਕੁਛ ਤਾਂ ਨਹੀਂ ਹੋਣਾ? ਨਹੀਂ, ਫਿਰ ਜਦੋਂ ਇੱਕ ਵਾਰ ਮੈਨੂੰ ਇੰਨੀ ਵੱਡੀ ਓਪਰਚੁਨਿਟੀ ਪਿੰਡ ਨੇ ਦੇਤੀ, ਤਾਂ ਫਿਰ ਮੈਂ ਕਿਸ ਚੀਜ਼ ਲਈ ਵਾਪਸ ਜਾਊਂਗਾ? ਫਿਰ ਮੈਂ ਆਪਦੇ ਪਿੰਡ ਨੂੰ ਸਰਵ ਕਰੂੰਗਾ, ਜੋ ਕਿ ਇੰਨੀ ਅਨਇੰਪਲੋਇਮੈਂਟ ਵੱਧ ਰਹੀ ਹੈ ਆਪਣੇ ਨੇੜੇ, ਲੋਕ ਅਨਇੰਪਲੋਇਡ ਕਰਕੇ ਹੀ ਇੱਧਰ ਉੱਧਰ ਜੋ ਲੁੱਟਾਂ ਖੋਹਾਂ ਜੋ ਵੀ ਵੱਧ ਰਿਹਾ, ਨਸ਼ਾ ਕੁਛ ਵੀ ਕਹਿ ਲਓ ਤੁਸੀਂ, ਉਹ ਸਿਰਫ ਇੱਕ ਵਿਹਲੇ ਰਹਿਣ ਦਾ ਕਾਰਨ ਹੈ, ਜੋ ਕਿ ਆਪਣੇ ਪਿੰਡ 'ਚ ਹਜੇ ਤੀਕਰ ਤਾਂ ਸਭ ਕੁਛ ਹੋ ਗਿਆ, ਸਾਰਾ ਕੁਛ ਨੀਟ ਐਂਡ ਕਲੀਨ ਹੈ, ਪਰ ਜਿਵੇਂ ਕਿ ਕਹਿ ਸਕਦੇ ਹਾਂ ਕਿ ਇੰਸਟੀਟਿਊਸ਼ਨ ਵਗੈਰਾ ਆਪਾਂ ਵਧਾ ਸਕਦੇ ਹਾਂ, ਲਾਈਕ ਕਾਲਜ ਵਗੈਰਾ। ਲਾਸਟ ਵਾਲੀ ਗੱਲ, ਲਾਸਟ ਗੱਲ ਦੀਪਿੰਦਰ, ਸੁਪਨਾ ਕੀ ਹੈ ਪਿੰਡ ਨੂੰ ਲੈ ਕੇ? ਕਿਉਂਕਿ ਪਹਿਲਾਂ ਜੇ ਆਪਾਂ ਇਹ ਕਹੀਏ ਕਿ ਪਿੰਡ ਦਾ ਆਹ ਕਰਾਂਗੇ ਇਸ ਤਰ੍ਹਾਂ, ਉਹ ਸਾਰਾ ਕੁਛ ਤਾਂ ਪਹਿਲਾਂ ਹੀ ਹੋਇਆ, ਹੈ ਨਾ, ਲੇਕ ਬਣੀ ਹੋਈ ਆ, ਗਲੀਆਂ ਨਾਲੀਆਂ, ਹੋਰ ਬਹੁਤ ਕੰਮ ਜਿਹੜੇ ਪਿੰਡ ਤੋਂ, ਪਿੰਡ ਤਾਂ ਉਦਾਹਰਨ ਆ ਪੰਜਾਬ ਦੇ ਪਿੰਡਾਂ ਲਈ, ਅਜੇ ਇਹ ਕਿਹੜੇ ਕੰਮ ਲੱਗਦੇ ਆ ਦੀਪਿੰਦਰ ਨੂੰ? ਲਾਸਟ ਗੱਲ ਕਿ ਜਿਹੜੇ ਕਰਨ ਵਾਲੇ ਲੱਗਦੇ ਨੇ ਤੁਹਾਨੂੰ? ਹਾਂਜੀ, ਇਹੋ ਜਿਹੇ ਹਜੇ ਬਹੁਤ ਕੰਮ ਆ ਸਾਡੇ ਪਿੰਡ ਦਾ, ਸਰਕਾਰੀ ਸਕੂਲ ਲਾਈਕ ਉਹਨੂੰ ਮੋਰ ਡਿਵੈਲਪ ਕੀਤਾ ਜਾਵੇ, ਜਿਵੇਂ ਪ੍ਰਾਈਵੇਟ ਇੰਸਟੀਟਿਊਟ ਆ ਉਹਨੂੰ ਵਧਾਇਆ ਜਾਵੇ, ਲੋਕ ਵਧੀਆ ਖੁਸ਼ੀ ਨਾਲ, ਕਿਉਂਕਿ ਇਨਵਾਇਰਮੈਂਟ ਦੇ ਨਾਲ ਹੀ ਬੰਦਾ ਪੜ੍ਹਦਾ, ਜ਼ਿਆਦਾ ਜ਼ਿਆਦਾ ਕਿਤਾਬਾਂ 'ਚੋਂ ਪੜ੍ਹਾਈ ਨਹੀਂ ਬੰਦਾ, ਸਾਈਡਾਂ ਤੋਂ ਸਕੂਲਿੰਗ ਦੇ ਵਿੱਚੋਂ, ਸਕੂਲ ਦੇ ਵਿੱਚੋਂ ਹੀ ਸਿੱਖਦਾ ਸਭ ਕੁਛ। ਬਾਕੀ ਕਾਲਜ ਵਗੈਰਾ ਜੇ ਅਪਰੂਵ ਹੋ ਜੇ, ਸਾਡੇ ਪਿੰਡ ਕੋਲ ਬਹੁਤ ਸਰਕਾਰੀ ਜਗ੍ਹਾ ਹੈ, ਉੱਥੇ ਬਣਾਇਆ ਜਾਵੇ ਤਾਂ ਬਹੁਤ ਵਾਧਾ ਹੋਵੇ। ਬਾਕੀ ਹੋਰ ਫੈਕਟਰੀਆਂ ਵਗੈਰਾ ਬੰਦਾ ਲੈ ਕੇ ਆ ਸਕਦਾ ਬਾਹਰੋਂ, ਜੋ ਕਿ ਇੰਪਲੋਇਮੈਂਟ ਵਧੇ ਅਤੇ ਮੇਰੇ ਵੀਰ ਭਾਈ ਸਾਰੇ ਕੰਮ ਕਰਕੇ ਆਪਦਾ ਹੱਥੀਂ ਕਿਰਤ ਕਰਕੇ ਖੁਸ਼ ਰਹਿਣ ਅਤੇ ਵਧੀਆ ਜੀਵਨ ਬਤੀਤ ਕਰਨ। ਸੋ ਇਹ ਦੀਪਿੰਦਰ ਆ ਕੈਨੇਡਾ ਤੋਂ ਆਇਆ ਵਾਪਸ ਪੁੰਡਾ, ਕਹਿੰਦਾ ਇਲੈਕਸ਼ਨ ਲੜਨਾ ਸਰਪੰਚੀ ਦਾ, ਪਿਤਾ ਅਤੇ ਦਾਦਾ ਪਹਿਲਾਂ ਇਸ ਪਿੰਡ ਦੀ ਸੇਵਾ ਕਰਦੇ ਰਹੇ ਨੇ, ਜਿਹੜੇ ਫਿਊਚਰ ਦੇ ਪਲਾਨ ਨੇ ਉਹ ਵੀ ਦੀਪਿੰਦਰ ਨੇ ਸਾਡੇ ਨਾਲ ਸਾਂਝੇ ਕੀਤੇ ਨੇ। ਇਹ ਲੋਕਤੰਤਰ ਹੈ, ਵੋਟ ਕਿਸ ਦੇ ਹੱਕ 'ਚ ਪੈਂਦੀ ਹੈ ਇਹ ਤਾਂ 15 ਦੇ ਰਿਜ਼ਲਟ ਹੀ ਦੱਸਣਗੇ, ਪਰ ਫਿਲਹਾਲ ਦੀਪਿੰਦਰ ਕੈਨੇਡਾ ਤੋਂ ਵਾਪਸ ਆ ਕੇ ਚੋਣ ਮੈਦਾਨ ਦੇ ਵਿੱਚ ਡਟ ਚੁੱਕਿਆ ਹੈ। ਨਿਊਜ਼ 18 ਲਈ ਕੁਲਦੀਪ ਸਿੰਘ ਰੇਨੀ, ਸ੍ਰੀ ਮੁਕਤਸਰ ਸਾਹਿਬ।